ਮੈਂ ਥੋੜੇ ਰਹਿਣਾ ਜਾਣਦਾ ਵਾਂ ਤੇ ਮੈਂ ਵਧਣਾ ਜਾਣਦਾ ਵਾਂ ਕਿਉਂਕਿ ਮੇਰਾ ਪ੍ਰਭੂ ਪਰਮੇਸ਼ਰ ਮੈਨੂੰ ਮਾਰ ਦਿੰਦਾ ਵਾ। ਅੱਜ ਜਿਸ ਉਮੀਦ ਦੇ ਨਾਲ ਤੁਸੀਂ ਪਿਤਾ ਪਰਮੇਸ਼ਰ ਦੇ ਘਰ ਦੇ ਵਿੱਚ ਆਏ ਹੋ, ਪ੍ਰਭੂ ਪਰਮੇਸ਼ਰ ਜਿਹੜਾ ਉਸੇ ਉਮੀਦ ਦੇ ਨਾਲ ਉਸੇ ਨਿਸ਼ਚਾ ਦੇ ਨਾਲ ਅੱਜ ਤੁਹਾਨੂੰ ਖਾਲੀ ਨਹੀਂ ਮੋੜੇਗਾ। ਕਿੰਨੇ ਜਣੇ ਆ ਅੱਜ ਜਿਹੜੇ ਕਹਿੰਦੇ ਕਿ ਪਿਤਾ ਪਰਮੇਸ਼ਰ ਅੱਜ ਮੈਨੂੰ ਰੂਹ ਦੇ ਨਾਲ ਭਰ ਦੇ। ਪ੍ਰਭੂ ਜੀ ਅੱਜ ਮੈਂ ਰੂਹ ਦੇ ਨਾਲ ਭਰਨਾ ਨਹੀਂ, ਮੈਂ ਰੂਹ ਦੇ ਨਾਲ ਜਿਹੜਾ ਵਾ ਉਹ ਭਿੱਜਣਾ ਚਾਹੁੰਦਾ ਵਾ, ਤੇਰੇ ਰੂਹ ਦੀ ਬਾਰਿਸ਼ ਦੇ ਵਿੱਚ ਤੇਰੇ ਮੱਸਾਂ ਦੇ ਵਿੱਚ ਖੋਣਾ ਚਾਹੁੰਦਾ ਵਾ। ਹਾਲੇਲੂਯਾ ਹਾਲੇਲੂਯਾ। ਅੱਖਾਂ ਨੂੰ ਬੰਦ ਕਰਦੇ ਹੋਏ ਪ੍ਰਭੂ ਪਰਮੇਸ਼ਰ ਦੇ ਵੱਲ ਧਿਆਨ ਦੇਵਾਂਗੇ। ਮੇਰੇ ਪਿੱਛੇ ਇੱਕ ਰਿਪੀਟ ਕਰਨਾ ਕਹਿੰਦਾ, ਪ੍ਰਭੂ ਪਰਮੇਸ਼ਰ ਜੀ, ਪ੍ਰਭੂ ਪਰਮੇਸ਼ਰ ਜੀ, ਅਗਰ ਕੋਈ ਵੀ ਇਹੋ ਜਿਹੀ ਗੱਲ ਤੇਰੀ ਹਜ਼ੂਰੀ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਡਿਸਟ੍ਰੈਕਸ਼ਨ ਲੈ ਕੇ ਆ ਰਹੀ ਹੈ, ਕੋਈ ਨੈਗੇਟਿਵਿਟੀ ਲੈ ਕੇ ਆ ਰਹੀ ਹੈ ਜਾਂ ਕੋਈ ਇਹੋ ਜਿਹਾ ਬਰਡਨ ਲੈ ਕੇ ਆ ਰਹੀ ਹੈ ਜਾਂ ਮੇਰਾ ਸਰੀਰ ਜਿਹੜਾ ਭਾਰਾ ਮੈਨੂੰ ਲੱਗ ਰਿਹਾ ਵਾ ਜਾਂ ਤੇਰੇ ਵੱਲ ਦੇ ਨਾਲ ਧਿਆਨ ਨਹੀਂ ਦੇਣਾ ਜਾਂ ਦੇਣ ਪਾਉਣੀਆਂ ਕੁਛ ਚੀਜ਼ਾਂ, ਉਹਨਾਂ ਨੂੰ ਪਿਤਾ ਪਰਮੇਸ਼ਰ ਜੀ, ਮੈਂ ਤੁਹਾਡੇ ਨਾਮ ਦੇ ਵਿੱਚ ਲਲਕਾਰਦਾ ਵਾਂ, ਲਲਕਾਰਦੀ ਹਾਂ। ਔਰ ਪਿਤਾ ਪਰਮੇਸ਼ਰ ਜੀ, ਮੈਂ ਆਪਣੇ ਆਪ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਮੈਂ ਪ੍ਰਵੇਸ਼ ਕਰਦੀ ਹਾਂ, ਮੈਂ ਝੁਕ ਜਾਂਦਾ, ਮੈਂ ਝੁਕ ਜਾਂਦੀ ਹਾਂ ਪਿਤਾ ਪਰਮੇਸ਼ਰ ਜੀ। ਇਹ ਪ੍ਰਾਰਥਨਾ ਪ੍ਰਭੂ ਪਰਮੇਸ਼ਰ ਦੇ ਪਾਕ ਔਰ ਪਵਿੱਤਰ ਨਾਮ ਵਿੱਚ ਮੰਗਦੀ ਹਾਂ, ਮੰਗਦਾ ਹਾਂ, ਆਮੀਨ। ਅੱਖਾਂ ਨੂੰ ਬੰਦ ਕਰਦੇ ਹੋਏ ਪ੍ਰਭੂ ਪਰਮੇਸ਼ਰ ਦੇ ਵੱਲ ਧਿਆਨ ਦਿਓ। ਹਾਲੇਲੂਯਾ ਹਾਲੇਲੂਯਾ। ਪ੍ਰਭੂ ਜੀ, ਇਹ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਕਦੀ ਖਤਮ ਨਾ ਹੋਵੇ ਪਿਤਾ ਪਰਮੇਸ਼ਰ। ਪ੍ਰਭੂ ਜੀ, ਜੋ ਤੁਸੀਂ ਚਾਹੁੰਦੇ ਹੋ ਪ੍ਰਭੂ ਪਰਮੇਸ਼ਰ, ਅੱਜ ਤੇਰੇ ਦਾਸਾਂ ਦੇ ਜ਼ਰੀਏ ਪਿਤਾ ਪਰਮੇਸ਼ਰ, ਤੇਰਾ ਸਾਮਰਥ ਸਾਨੂੰ ਛੋਲੇ ਪਿਤਾ ਪਰਮੇਸ਼ਰ। ਪ੍ਰਭੂ ਜੀ, ਜਿਵੇਂ ਦਾਊਦ ਤੇਰੀ ਵਰਸ਼ਿਪ ਕਰਦਾ ਸੀ ਔਰ ਲੋਕ ਪਿਤਾ ਪਰਮੇਸ਼ਰ ਜੀ ਛੁਟਕਾਰੇ ਪਾਉਂਦੇ ਸੀ, ਬੰਧਨ ਟੁੱਟਦੇ ਸੀ, ਪ੍ਰਭੂ ਪਰਮੇਸ਼ਰ ਜੀ ਹਰ ਬਿਮਾਰੀ ਛੁੱਟ ਕੇ ਚਲੀ ਜਾਂਦੀ ਸੀ, ਛੱਡ ਕੇ ਚਲੀ ਜਾਂਦੀ ਸੀ। ਪ੍ਰਭੂ ਪਰਮੇਸ਼ਰ, ਅੱਜ ਇਹੋ ਜਿਹਾ ਮੱਸਾ ਪ੍ਰਭੂ ਜੀ ਸੁਣਨ ਵਾਲਿਆਂ ਤੇ ਸੁਣਾਉਣ ਵਾਲਿਆਂ ਤੇ ਵਜਾਉਣ ਵਾਲਿਆਂ ਦੇ ਉੱਤੇ ਉਤਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਪਰਮੇਸ਼ਰ, ਅਗਰ ਤੇਰੇ ਹਜ਼ੂਰ ਦੇ ਵਿੱਚ ਪਹਿਲੀ ਵਾਰ ਕੋਈ ਆ ਰਿਹਾ ਪਿਤਾ ਪਰਮੇਸ਼ਰ ਜੀ, ਬੜੀ ਆਸ ਉਮੀਦ ਦੇ ਨਾਲ ਆ ਰਿਹਾ ਪਿਤਾ ਪਰਮੇਸ਼ਰ ਜੀ, ਪ੍ਰਭੂ ਪਰਮੇਸ਼ਰ ਜੀ ਹੋਣ ਦੇ ਕਿ ਉਹਦੇ ਮਨ ਦੀ ਅੱਖਾਂ ਨੂੰ ਖੋਲ ਦੇਣਾ ਪਿਤਾ ਪਰਮੇਸ਼ਰ ਜੀ, ਪ੍ਰਭੂ ਪਰਮੇਸ਼ਰ, ਤਾਂ ਜੋ ਤੇਰੇ ਜਲਾਲ ਨੂੰ ਦੇਖ ਸਕਣ ਪਿਤਾ ਪਰਮੇਸ਼ਰ। ਪ੍ਰਭੂ ਪਰਮੇਸ਼ਰ, ਤੂੰ ਸਾਨੂੰ ਉਹਨਾਂ ਪੰਛੀਆਂ ਦੇ ਨਾਲੋਂ ਉੱਤਮ ਬਣਾਇਆ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ, ਤੂੰ ਸਾਨੂੰ ਸੰਭਾਲਣਾ ਜਾਣਦਾ ਪ੍ਰਭੂ ਪਰਮੇਸ਼ਰ, ਤੂੰ ਸਾਨੂੰ ਉੱਚਾ ਕਰਨਾ ਜਾਣਦਾ ਹੈ ਪਿਤਾ ਪਰਮੇਸ਼ਰ। ਜਿਹੜੇ ਤੇਰੇ ਘਰ ਦੇ ਵਿੱਚ ਪ੍ਰਭੂ ਜੀ ਟੁੱਟਦੇ ਨੇ ਪ੍ਰਭੂ ਪਰਮੇਸ਼ਰ, ਝੁਕਦੇ ਨੇ, ਉਹਨਾਂ ਨੂੰ ਤੂੰ ਖੜਾ ਕਰਨਾ ਜਾਣਦਾ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ, ਅੱਜ ਅਸੀਂ ਨਾ ਬੋਲੀਏ ਪ੍ਰਭੂ ਜੀ, ਇੱਕ ਇੱਕ ਜਣੇ ਦੇ ਅੰਦਰ ਤੇਰਾ ਆਤਮਾ ਬੋਲੇ ਪਿਤਾ ਪਰਮੇਸ਼ਰ ਜੀ। ਪ੍ਰਭੂ ਪਰਮੇਸ਼ਰ, ਅਗਰ ਕੋਈ ਮੇਰਾ ਭੈਣ ਭਰਾ ਪਿਤਾ ਪਰਮੇਸ਼ਰ ਜੀ, ਬ੍ਰਦਰ ਸਿਸਟਰ ਪਿਤਾ ਪਰਮੇਸ਼ਰ, ਬਹੁਤ ਵੱਡਾ
ਲੇਕਿਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਨਫਿਊਜ਼ ਨੇ ਪਿਤਾ ਪਰਮੇਸ਼ਰ ਜੀ। ਅੱਜ ਤੇਰਾ ਆਤਮਾ ਉਹਨਾਂ ਨੂੰ ਪਿਤਾ ਪਰਮੇਸ਼ਰ ਜੀ, ਪ੍ਰਭੂ ਪਰਮੇਸ਼ਰ ਉਹ ਡਿਸੀਜਨ ਲੈਣ ਦੇ ਵਿੱਚ ਤੇਰਾ ਆਤਮਾ ਉਹਨਾਂ ਦੀ ਸਹਾਇਤਾ ਕਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਪਰਮੇਸ਼ਰ ਅੱਜ ਜਦੋਂ ਅਸੀਂ ਵਰਸ਼ਿਪ ਕਰੀਏ ਪਿਤਾ ਪਰਮੇਸ਼ਰ, ਪ੍ਰਭੂ ਪਰਮੇਸ਼ਰ ਤੇਰਾ ਤਖ਼ਤ ਆਲਰੇਡੀ ਸਾਡੇ ਵਿੱਚ ਲੱਗ ਚੁੱਕਾ ਹੈ ਪਿਤਾ ਪਰਮੇਸ਼ਰ। ਤੇਰੀ ਪਵਿੱਤਰ ਆਤਮਾ ਪ੍ਰਭੂ ਪਰਮੇਸ਼ਰ ਹੁਣ ਤੋਂ ਹੀ ਸਾਨੂੰ ਛੂ ਰਹੀ ਹੈ ਪਿਤਾ ਪਰਮੇਸ਼ਰ। ਪ੍ਰਭੂ ਪਰਮੇਸ਼ਰ ਜਿੰਨੇ ਵੀ ਆਸ ਉਮੀਦ ਦੇ ਨਾਲ, ਨਿਸ਼ਚਾ ਦੇ ਨਾਲ, ਵਿਸ਼ਵਾਸ ਦੇ ਨਾਲ ਪ੍ਰਭੂ ਪਰਮੇਸ਼ਰ ਆਨਲਾਈਨ ਇੰਤਜ਼ਾਰ ਕਰ ਰਹੇ ਨੇ, ਪ੍ਰਭੂ ਪਰਮੇਸ਼ਰ ਜੀ ਹੋਰ ਦੇ ਕੇ ਪਿਤਾ ਪਰਮੇਸ਼ਰ, ਜੋ ਵੀ ਪਿਤਾ ਪਰਮੇਸ਼ਰ ਬਾਬਾ ਵਾ ਬਿਮਾਰੀ ਆ, ਮੁਸ਼ਕਿਲ ਆ, ਫੁਕਰ ਆ, ਪ੍ਰਭੂ ਪਰਮੇਸ਼ਰ ਜੀ, ਪ੍ਰਭੂ ਪਰਮੇਸ਼ਰ ਜੀ ਉਹ ਆਜ਼ਾਦੀ ਪਾਣ ਪਿਤਾ ਪਰਮੇਸ਼ਰ ਜੀ, ਉਹ ਛੁਟਕਾਰੇ ਪਾਣ ਪਿਤਾ ਪਰਮੇਸ਼ਰ ਜੀ, ਮੰਗਿਆ ਦੁਆਈਆਂ ਦੇ ਨਾਲ ਖੜੇ ਕਰ ਦੇ ਨਾ ਪਿਤਾ ਪਰਮੇਸ਼ਰ ਜੀ। ਪ੍ਰਭੂ ਪਰਮੇਸ਼ਰ ਤੁਸੀਂ ਕਿਹਾ ਆਪਣੇ ਮੂੰਹ ਨੂੰ ਖੋਲ, ਮੈਂ ਤੇਰੇ ਹੋਠਾਂ ਨੂੰ ਬਲੈਸ ਕਰਾਂਗਾ। ਹਾਲੇਲੂਯਾ, 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 ਪ੍ਰਭੂ ਜੀ ਤੇਰੇ ਖਾਤਮਾ ਨੂੰ ਤੇਰੇ ਲਹੂ ਦੇ ਵਿੱਚ ਕਵਰ ਕਰਦੇ ਆ ਪਿਤਾ ਪਰਮੇਸ਼ਰ ਜੀ। ਪ੍ਰਭੂ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੇ ਪੂਰੀ ਗਵਾਹੀ ਨੂੰ, ਪ੍ਰਭੂ ਜੀ ਜਿੰਨੇ ਵੀ ਜਨੇ ਸੰਗਤ ਦੇ ਵਿੱਚ ਆ ਰਹੇ ਨੇ ਪਿਤਾ ਪਰਮੇਸ਼ਰ, ਹਰ ਇੱਕ ਬੱਚਾ, ਨੌਜਵਾਨ, ਬਜ਼ੁਰਗ ਪਿਤਾ ਪਰਮੇਸ਼ਰ ਤੇਰੇ ਮੱਸਾਂ ਦੇ ਨਾਲ ਭਰ ਜਾਏ, ਸਹੀ ਸਲਾਮਤ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ। ਪ੍ਰਭੂ ਪਰਮੇਸ਼ਰ ਅਗਰ ਕੋਈ ਉਦਾਸੀ ਦੇ ਨਾਲ ਆਇਆ ਅੱਜ ਤੇਰੇ ਘਰ ਦੇ ਵਿੱਚ, ਉਹ ਪਿਤਾ ਪਰਮੇਸ਼ਰ ਦੋ ਦੀ ਤਰ੍ਹਾਂ ਨੱਚਦਾ ਗਾਉਂਦਾ ਟੱਪਦਾ ਹੋਇਆ ਨਵੀਂ ਗਵਾਹੀ ਦੇ ਨਾਲ ਆਇਆ ਪਿਤਾ ਪਰਮੇਸ਼ਰ, ਅੱਜ ਜੋ ਵਾ ਪਿਤਾ ਪਰਮੇਸ਼ਰ ਸ਼ੈਤਾਨ ਪਿਤਾ ਪਰਮੇਸ਼ਰ ਸ਼ਰਮਿੰਦਾ ਹੋਵੇ, ਤੇਰੇ ਲੋਕਾਂ ਦੇ ਵਿੱਚ ਨਹੀਂ ਕਰ ਸਕੇ ਪ੍ਰਭੂ ਪਰਮੇਸ਼ਰ, ਹਾਂ ਬਿਮਾਰੀ ਨਹੀਂ ਕਰ ਸਕੇ, ਅਰੇ ਕਲਾ ਦੇ ਵਿੱਚ ਨਹੀਂ ਕਰ ਸਕੇ, ਅਰੇ ਮੇਰਾ ਪ੍ਰੋਚਨ ਨਹੀਂ ਕਰ ਸਕੇ ਪਿਤਾ ਪਰਮੇਸ਼ਰ। ਪ੍ਰਭ ਜੀ ਅੱਜ ਹਾਲਾਤ ਚੇਂਜ ਹੋ ਜਾਣ ਪਿਤਾ ਪਰਮੇਸ਼ਰ, ਤੇਰਾ ਤਖਤ ਹੋ ਰਿਹਾ ਪਿਤਾ ਪਰਮੇਸ਼ਰ ਸਾਡੇ ਵਿੱਚ ਆ ਪਿਤਾ ਪਰਮੇਸ਼ਰ। ਪ੍ਰਭੂ ਪਰਮੇਸ਼ਰ ਜੋ ਵੀ ਮੀਡੀਆ ਟੀਮ ਆ ਪ੍ਰਭੂ ਜੀ, ਉਹਨੂੰ ਪ੍ਰਭੂ ਪਰਮੇਸ਼ਰ ਇੱਕ ਇੱਕ ਜਣੇ ਨੂੰ ਤੇਰੇ ਹੱਥਾਂ 'ਚ ਸਬੂਤ ਕਰ ਲੈ, ਪੂਰੀ ਗਵਾਹ ਨੂੰ ਤੇਰੇ ਹੱਥਾਂ 'ਚ ਸਬੂਤ ਕਰ ਲੈ ਪਿਤਾ ਪਰਮੇਸ਼ਰ, ਆਪਣੀ ਸੰਗਤ ਨੂੰ ਤੇਰੇ ਹੱਥਾਂ ਦੇ ਵਿੱਚ ਸਬੂਤ ਕਰ ਲੈ ਪਿਤਾ ਪਰਮੇਸ਼ਰ। ਪ੍ਰਭੂ ਜੀ ਜਿਹੜਾ ਖਾਲੀ ਆਇਆ ਅੱਜ ਖਾਲੀ ਨਾ ਜਾ ਪਿਤਾ ਪਰਮੇਸ਼ਰ, ਝੋਲੀਆਂ ਭਰ ਕੇ ਜਾ ਪਿਤਾ ਪਰਮੇਸ਼ਰ। ਹਾਲੇਲੂਯਾ, 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 ਪ੍ਰਭੂ ਜੀ ਸਾਨੂੰ ਵਰਸ਼ਿਪ ਕਰਨਾ ਸਿਖਾ ਪਿਤਾ ਪਰਮੇਸ਼ਰ। ਪ੍ਰਭੂ ਜੀ ਆਪਣੀ ਹਜ਼ੂਰੀ ਦੇ ਵਿੱਚ ਰਹਿਣਾ ਸਿਖਾ, ਆਪਣੇ ਵਚਨਾਂ ਦੇ ਨਾਲ ਚੱਲਣਾ ਸਿਖਾ ਪਿਤਾ ਪਰਮੇਸ਼ਰ ਜੀ। ਤੇਰਾ ਧੰਨਵਾਦ, ਤੇਰੀ ਤਾਰੀਫ ਕਰਦੇ ਆ ਮੰਨੇ ਯਸੂ ਦੇ ਪਾਕ ਔਰ ਪਵਿੱਤਰ ਔਰ ਜਲਾਲੀ ਨਾਮ ਦੇ ਵਿੱਚ।